गुरुद्वारा सिंह सभा जलालाबाद पछमी तो पैदल यात्रा चलती है जी। 13 साल हो गए, 13वीं यात्रा है जी। ये साडा एक मैसेज हुंदा है जिहड़ा बदावा पाड़िया गया गुरु साहब वालों। असी भी कहने भी साडा भी सारी संगत जाके चलो गुरु घर के दर्शन करिए ते अपनी हाजरी लवाईए जी। तो किन्नवीं यात्रा जी और किदां दे उपराले सेवा की जाती है और अगे जाके तुसीं कित्थे जाके यात्रा समाप्त करदे हो? ਇਹ ਜੀ ਮੁਕਤਸਰ ਸਾਹਿਬ ਟੁੱਟੀ ਗੰਢੀ ਸਾਹਿਬ ਜਾ ਕੇ ਯਾਤਰਾ ਸਮਾਪਤ ਹੁੰਦੀ ਜੀ। ਗੁਰਦੁਆਰਾ ਸਿੰਘ ਸਭਾ ਤੋਂ ਚਲਦੀ ਏ, ਸਾਰੇ ਰਸਤੇ ਪੈਦਲ ਚਲਦੀ ਸੰਗਤ ਜੀ। ਫਿਰ ਵੀ ਜੇ ਕੋਈ ਸੰਗਤ ਨਹੀਂ ਤੁਰ ਸਕਦੀ ਰਸਤੇ 'ਚ ਜਗ੍ਹਾ ਜਗ੍ਹਾ ਲੰਗਰ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਹੈ ਜੀ ਸੰਗਤਾਂ ਵੱਲੋਂ ਵੱਖ ਵੱਖ ਪਿੰਡਾਂ ਦੇ ਵਿੱਚ, ਅਤੇ ਨਾਲ ਗੱਡੀਆਂ ਦਾ ਵੀ ਇੰਤਜ਼ਾਮ ਹੈ ਜੇ ਕੋਈ ਰਸਤੇ ਦੇ ਵਿੱਚ ਕੋਈ ਸੰਗਤ ਬਜ਼ੁਰਗ ਹੋਏ ਉਹ ਗੱਡੀ ਦੇ ਵਿੱਚ ਵੀ ਬੈਠ ਸਕਦਾ ਹੈ। 40 ਮੁਕਤੇ ਜੋ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵਿਦਾਵਾ ਦੇ ਕੇ अलग हुए सन, खिदराने के टाप श्री मुक्तसर साहब विखे जंग युद्ध जिहड़ा होया उस दे विच उन्हां ने शहीदियां प्राप्त कीतियां, उन्हां दी शहीदियां नूं समर्पित जो मेला माघी श्री मुक्तसर साहब विखे माघ दे महीने की पहली नूं मनाया जांदा है, उस दे संबंध विच वख-वख इलाकियां तों पैदल यात्रावां चलदियां हन। पैदल यात्रा जो जलालाबाद गुरद्वारा श्री गुरु सिंह सभा तों हर साल चलती है, इस बार वो 13वीं पैदल यात्रा है। ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ, ਸੈਂਕੜਿਆਂ ਦੀ ਗਿਣਤੀ ਵਿੱਚ ਗੁਰੂ ਜਸ ਗਾਉਂਦੀਆਂ ਹੋਈਆਂ ਜਲਾਲਾਬਾਦ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਜੋ ਸੰਗਤਾਂ ਹਨ ਉਹ ਨਤਮਸਤਕ ਹੋਣ ਲਈ ਜਾ ਰਹੀਆਂ ਹਨ। ਰਸਤੇ ਪਿੰਡ ਵਿੱਚ ਵੱਖ ਵੱਖ ਪਿੰਡਾਂ ਵੱਲੋਂ ਜੋ ਲੰਗਰ ਲਗਾਏ ਗਏ ਹਨ ਉਹ ਲੰਗਰ ਦਾ ਵੀ ਆਨੰਦ ਲੈ ਰਹੀਆਂ ਹਨ, ਲੰਗਰ ਵੀ ਛਕ ਰਹੀਆਂ ਹਨ, ਅਤੇ ਸੰਗਤਾਂ ਵਿੱਚ ਜਿਹੜਾ ਹੈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।